ਸਸਕਾ ਦੋਸਤੋ ਮੈਂ ਜਸਪ੍ਰੀਤ ਸਿੰਘ ਵਾਈਜ਼ ਇਮੀਗ੍ਰੇਸ਼ਨ ਤੋਂ ਅੱਜ ਦੀ ਵੀਡੀਓ ਉਹਨਾਂ ਦੇ ਲਈ ਜੋ ਯੂਰਪ ਦੇ ਵਿੱਚ ਜਾ ਕੇ ਵਰਕ ਪਰਮਿਟ 'ਤੇ ਕੰਮ ਕਰਨਾ ਚਾਹੁੰਦੇ ਨੇ ਬਹੁਤ ਸਾਰੇ ਕੇਸ ਦੇਖਦੇ ਹਾਂ ਯੂਰਪ ਦੇ ਵਿੱਚ ਲੋਕ ਡੋਂਕੀ ਰਾਹੀਂ ਜਾਂ ਕਿਸੇ ਹੋਰ ਖੱਬੇ ਸੱਜੇ ਰਾਹੀਂ ਯੂਰਪ ਦੇ ਵਿੱਚ ਐਂਟਰ ਹੁੰਦੇ ਨੇ ਬਟ ਦੋਸਤੋ ਇਹ ਰਸਤਾ ਬੜਾ ਹੀ ਖਤਰਨਾਕ ਹੈ ਸੋ ਮੇਰੀ ਇੱਕ ਗੁਜ਼ਾਰਿਸ਼ ਹੈ ਵੀ ਇੱਦਾਂ ਨਾ ਕਰੋ ਕਿਉਂਕਿ ਅੱਜ ਦੀ ਰੇਟ ਦੇ ਵਿੱਚ ਯੂਰਪ ਜਾਣ ਦੇ ਬਹੁਤ ਸਾਰੇ ਆਸਾਨ ਤਰੀਕੇ ਮਾਰਕੀਟ 'ਚ ਨੇ ਜਿਨ੍ਹਾਂ ਦੇ ਵਿੱਚੋਂ ਕਿ ਕੁਝ ਵਰਕ ਪਰਮਿਟ ਕੁਝ ਕੰਟਰੀਜ਼ ਦੇ ਯੂਰਪ ਦੀ ਸ਼ੈਨਿੰਗਨ ਕੰਟਰੀਜ਼ ਦੇ ਸਾਡੇ ਕੋਲ ਵਰਕ ਪਰਮਿਟ ਨੇ ਵਰਕ ਪਰਮਿਟ ਅਪਲਾਈ ਕਰਕੇ ਤੁਸੀਂ ਯੂਰਪ ਦੇ ਵਿੱਚ ਬਹੁਤ ਸੌਖੇ ਤਰੀਕੇ ਨਾਲ ਐਂਟਰ ਹੋ ਸਕਦੇ ਹੋ ਇੰਡੀਆ ਤੋਂ ਹੀ ਤੁਹਾਡੀ ਅਸੀਂ ਵਰਕ ਪਰਮਿਟ ਅਪਰੂਵ ਕਰਵਾ ਕੇ ਅਤੇ ਤੁਹਾਡਾ TRC ਵਿਦ TRC ਕਾਰਡ ਤੁਹਾਨੂੰ ਅਸੀਂ ਯੂਰਪ ਦੇ ਵਿੱਚ ਐਂਟਰ ਕਰਵਾ ਸਕਦੇ ਹਾਂ ਹਾਂ ਇਸ TRC ਕਾਰਡ ਦੇ ਨਾਲ ਤੁਸੀਂ ਆਲ ਓਵਰ ਯੂਰਪ ਟੋਟਲ 27 ਕੰਟਰੀਆਂ ਸਮੇਂ ਯੂਰਪ ਦੇ ਵਿੱਚ ਸ਼ੈਨਿੰਗਨ ਦੇ ਵਿੱਚ ਅੰਡਰ ਆਉਂਦੀਆਂ ਨੇ 27 ਕੰਟਰੀਆਂ ਦੇ ਵਿੱਚ ਤੁਸੀਂ ਕਿਤੇ ਵੀ ਜਾ ਕੇ ਰਹਿ ਸਕਦੇ ਹੋ ਲੀਗਲ ਤਰੀਕੇ ਦੇ ਨਾਲ ਸੋ ਮੇਰੀ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਯੂਰਪ ਜਾਣ ਦੇ ਲਈ ਪਲੀਜ਼ ਕੋਈ ਆਪਣਾ ਇੱਦਾਂ ਦਾ ਰਾਹ ਨਾ ਚੁਣੋ ਜਿਹਦੇ ਵਿੱਚ ਤੁਹਾਨੂੰ ਮੁਸੀਬਤਾਂ ਆਉਣ ਪ੍ਰੋਬਲਮ ਆਉਣ ਅਤੇ ਤਕਰੀਬਨ 15 to 20 ਦਿਨ ਲੱਗ ਜਾਂਦਾ ਇੱਥੇ ਤੁਸੀਂ ਡੋਂਕੀ ਲਾਉਣ ਕੋਈ ਜਾਂਦਾ ਹੈਗਾ ਸੋ ਬੇਨਤੀ ਹੈ ਪ੍ਰੋਸੈਸ ਨੂੰ ਸਮਝੋ ਵਧੀਆ ਤਰੀਕੇ ਨਾਲ ਆਪਣੀ ਫਾਈਲ ਬਣਵਾਓ ਆਪਣਾ ਵਰਕ ਪਰਮਿਟ ਲਓ ਜਿਹੜੇ ਵੀ ਕਿੱਤੇ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਉਹ ਕਿੱਤਾ ਸਾਡੇ ਨਾਲ ਡਿਸਕਸ ਕਰੋ ਆਪਣੀ ਪ੍ਰੋਫਾਈਲ ਚੈੱਕ ਕਰਵਾਓ ਅਤੇ ਸਾਡੇ ਆਫਿਸਿਸ ਦੇ ਵਿੱਚ ਵਿਜ਼ਿਟ ਕਰਕੇ ਤੁਸੀਂ ਪੂਰੀ ਡਿਟੇਲ ਜਾਣਕਾਰੀ ਇਸ ਦੀ ਲਓ ਸਾਡੇ ਨੀਚੇ ਦਿੱਤੇ ਆਫਿਸਿਸ ਦੇ ਵਿੱਚ ਉਹਨਾਂ ਦੇ ਫੋਨ ਨੰਬਰ ਨੀਚੇ ਦਿੱਤੇ ਗਏ ਨੇ ਉਹਨਾਂ 'ਤੇ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਕੇ ਆਪਣਾ ਯੂਰਪ ਜਾਣ ਦਾ ਜਿਹੜਾ ਸੁਪਨਾ ਉਹ ਸਾਕਾਰ ਕਰੋ ਧੰਨਵਾਦ